ਡਾਕਟਰ ਦਲੀਪ ਗੌਰ ਟਿਵਾਨਾ ਦੀ ਕਹਾਣੀ ਹਰ ਕਮਲ ਛੋਟੇ ਜਿਹੇ ਉਹਨਾਂ ਦੇ ਘਰ 'ਚ ਹਰ ਚੀਜ਼ ਥਾਂ ਸਿਰ ਸੀ ਚੀਜ਼ਾਂ ਬਹੁਤੀਆਂ ਭਾਵੇਂ ਨਹੀਂ ਸਨ ਪਰ ਜੋ ਵੀ ਸਨ ਉਹਨਾਂ ਤੋਂ ਵਧੀਆ ਪਸੰਦਾਂ ਜ਼ਾਹਰ ਹੁੰਦੀਆਂ ਸਨ ਕਾਰਨਸ ਤੇ ਮਿੱਟੀ ਦਾ ਖੂਬਸੂਰਤ ਬਾਬਾ ਦੇਖ ਮੈਂ ਆਖਿਆ ਬੜਾ ਖੂਬਸੂਰਤ ਹੈ ਕਮਲ ਵਰਗਾ ਕੁੜੀ ਦੇ ਬਾਂਕੇ ਗਬਰੂ ਨੇ ਸ਼ਰਾਰਤ ਨਾ ਲਾਖਿਆ ਨਹੀਂ ਹਰਨੇਕ ਵਰਗਾ ਮੈਂ ਕੁੜੀ ਨੂੰ ਸ਼ਰਮ ਤੋਂ ਬਚਾਉਣ ਲਈ ਆਖਿਆ ਇਹਦਾ ਨਾਮ ਕੀ ਰੱਖਿਆ ਮੈਮਖੋਲ ਨਾਲ ਪੁੱਛਿਆ ਹਰਕਮਲ ਹਰਨੇਕ ਬੋਲਿਆ ਤੇ ਸਭ ਹੱਸ ਪਏ ਪਰ ਮੈਂ ਦੇਖਿਆ ਹਰਕਮਲ ਨਾਮ ਦੇ ਪਿੱਛੇ ਇੱਕ ਸੁੰਦਰ ਖਿਆਲ ਖਲੋਤਾ ਦੋਹਾਂ ਦੇ ਮੂੰਹ ਸੁਹੇ ਕਰ ਗਿਆ ਸਾਰਾ ਦਿਨ ਉਹ ਨੱਚਦੇ ਟੱਪਦੇ ਇੱਕ ਦੂਜੇ ਨੂੰ ਮਿੱਠੇ ਮਿੱਠੇ ਮਖੌਲ ਕਰਕੇ ਛੇੜਦੇ ਤਕੜਾ ਹੋਣ ਕਰਕੇ ਹਾਸੇ ਹਾਸੇ ਹਰਨੇਕ ਕਮਲ ਨੂੰ ਜਦੋਂ ਬੜਾ ਤੰਗ ਕਰਦਾ ਤਾਂ ਉਹਦੇ ਕੁਦਕੁਤਾਰੀ ਕੱਢਣ ਲੱਗ ਜਾਂਦੀ ਫਿਰ ਆਪ ਹੀ ਉਹਾੜੇ ਕੱਢਦਾ ਵੀ ਮੋੜ ਨਾ ਛੇੜਨ ਦੀ ਵਾਦੀ ਕਰਦਾ ਮੈਂ ਤੱਕਦੀ ਰਹਿੰਦੀ ਤੇ ਉਹਨਾਂ ਦੇ ਨਾਲ ਹੀ ਹੱਸਦੀ ਰਹਿੰਦੀ ਪਰ ਜਦੋਂ ਕਦੇ ਖਿਆਲ ਆਉਂਦਾ ਕਿ ਤੇ ਮੇਰੀ ਨਜ਼ਰ ਹੀ ਨਾ ਲੱਗ ਜਾਏ ਜਦੋਂ ਕਿਸੇ ਦੇ ਘਰ ਨਵੀਂ ਬੋਟੀ ਆਉਂਦੀ ਏ ਉਹਦੇ ਸ਼ਗਨ ਵੀ ਕਿਸੇ ਭਾਗਾ ਵਾਲੀ ਤੋਂ ਕਰਵਾਏ ਜਾਂਦੇ ਨੇ ਤੇ ਜਦੋਂ ਕਿਸੇ ਦੀ ਧੀ ਵਿਦਾ ਹੁੰਦੀ ਏ ਤੇ ਮੇਰੇ ਵਰਗੀਆਂ ਨੂੰ ਤਾਂ ਰਾਹ ਤੋਂ ਵੀ ਹਟਾ ਦਿੱਤਾ ਜਾਂਦਾ ਤਾਂ ਜੋ ਭਾਗਾ ਵਾਲੀਆਂ ਬੇਭਾਗਾਆਂ ਦੀਆਂ ਨਹਿਸ਼ ਨਜ਼ਰਾਂ ਤੇ ਚੰਦਰੇ ਪਰਛਾਵਿਆਂ ਤੋਂ ਬਚ ਸਕਣ ਫਿਰ ਮੈਂ ਸੋਚਦੀ ਮੈਂ ਇਹਨਾਂ ਦੀ ਦੁੱਖਣ ਥੋੜਿਆ ਮੈਨੂੰ ਅੱਜ ਹੀ ਚਲੇ ਜਾਣਾ ਚਾਹੀਦਾ ਪਰ ਜਦੋਂ ਵੀ ਮੈਂ ਜਾਣ ਲਈ ਤਿਆਰ ਹੁੰਦੀ ਕਮਲ ਆਕਦੀ ਅਸੀਂ ਨਹੀਂ ਅੱਡੀ ਛੇਤੀ ਜਾਣ ਦੇਣਾ ਜਾਣ ਦੇਣਾ ਭਲਾ ਮੈਂ ਉੱਤਰ ਦਿੰਦੀ ਪਰ ਜਦੋਂ ਹਰਨੇਕ ਦਾੜੇ ਮਿੱਠੇ ਮੂੰਹ ਨਾਲ ਲੱਗਦਾ ਹੜੇ ਹੜੇ ਭੈਣ ਜੀ ਅਜੇ ਨਾ ਜਾਓ ਮੇਰੇ ਕੋਲੋਂ ਕੋਈ ਉੱਤਰ ਬਣ ਨਾ ਆਉਂਦਾ ਇੱਕ ਦਿਨ ਜਦੋਂ ਅਸੀਂ ਸਭ ਸਿਨੇਮਾ ਜਾਣ ਨੂੰ ਤਿਆਰ ਹੋਏ ਕਮਲ ਨੇ سرمਈ ਰੰਗ ਦਾ ਸੂਟ ਪਾਇਆ ਜੋਦੇ ਗੋਰੀ ਮੂੰਹ ਤੇ ਬੜਾ ਜੱਜਿਆ ਹਨੇਕ ਕਿੰਨਾ ਚਿਹਰੇ ਦੇ ਵੱਲ ਤੱਕਦਾ ਰਿਹਾ ਉਸ ਵੇਲੇ ਕੋਈ ਦੇਖਦਾ ਤਾਂ ਇੱਕ ਸੰਤੁਸ਼ਟਤਾ ਇੱਕ ਖੇੜਾ ਉਹਦੇ ਮੂੰਹ ਤੋਂ ਲੱਭਦਾ ਸੀ ਮੈਨੂੰ ਆਪਣੇ ਵੱਲ ਤੱਕਦਿਆਂ ਦੇਖੋ ਥੋੜਾ ਸ਼ਰਮ ਆ ਗਿਆ ਤੇ ਬਾਹਰ ਸੜਕ ਵੱਲ ਤੱਕਣ ਲੱਗ ਪਿਆ ਕਮਲ ਜਾ ਕੇ ਸੜਕ ਵੱਲ ਦਾ ਬੂਆ ਬੰਦ ਕਰਾਈ ਕਿਉਂ ਮੈਂ ਪੁੱਛਿਆ ਤੁਹਾਨੂੰ ਨਹੀਂ ਪਤਾ ਜੇ ਭਲਾ ਬਾਹਰ ਸਾਹਮਣੀ ਕੋਠੀ ਵਾਲਿਆਂ ਦੀ ਕੋਈ ਕੁੜੀ ਖੜੀ ਹੋਵੇ ਕਮਲ ਹਰਨੇਕ ਵੱਲ ਸ਼ਰਾਰਤ ਨਾਲ ਤੱਕ ਕੇ ਬੋਲੀ ਤਾਂ ਕੀ ਹੋ ਜਾਏਗਾ ਮੈਂ ਆਖਿਆ ਹੋ ਬੜਾ ਕੁਝ ਜਾਂਦਾ ਹੈ ਪਿੱਛੋਂ ਰੋਣ ਨਾਲੋਂ ਚੰਗਾ ਪਹਿਲਾਂ ਹੀ ਖਿਆਲ ਰੱਖਿਆ ਜਾਏ ਕਮਲ ਬੋਲੀ ਭੈਣ ਜੀ ਜੇ ਬਾਹਰ ਕਿਧਰੇ ਕੋਈ ਕੁੜੀ ਟੱਕਰ ਪਵੇ ਕਮਲ ਦਾ ਮੂੰਹ ਦੇਖਣ ਵਾਲਾ ਹੁੰਦਾ ਅਗਲੀ ਵੱਲ ਜਿਹਾ ਘੂਰ ਕੇ ਤੱਕਦੀ ਏ ਕਿ ਮੈਨੂੰ ਖਿਆਲ ਆਇਆ ਕਮਲ ਨੂੰ ਹਰਨੇਕ ਬਹੁਤ ਪਿਆਰਾ ਹੋਣਾ ਤਾਂ ਦੀ ਕਿਸੇ ਦਾ ਤੱਕਣਾ ਵੀ ਇਹਦੇ ਕੋਲੋਂ ਜਰਿਆ ਨਹੀਂ ਜਾਂਦਾ ਹੁਣ ਤੇ ਕਮਲ ਤੂੰ ਬੜੀ ਬੰਕੀ ਬਣ ਕੇ ਰਹਿਣੀ ਹੈ ਉਹਨੂੰ ਕੱਪੜਿਆਂ ਦੀ ਚੋਣ ਵਾਲਾਂ ਦੇ ਸਟਾਈਲ ਤੇ ਹੱਥਾਂ ਪੈਰਾਂ ਦੀ ਸਫਾਈ ਵੱਲ ਉੱਚੇ ਚਾ ਧਿਆਨ ਦਿੰਦਿਆਂ ਦੇਖ ਕੇ ਇੱਕ ਦਿਨ ਮੈਂ ਆਖਿਆ ਹੋਰ ਆਪਣੇ ਮਰਦਾਂ ਨੂੰ ਸਾਹਮਣੇ ਰੱਖਣਾ ਕਿਹੜਾ ਅੱਜਕੱਲ ਸੁਖਾਲਾ ਭੈਣ ਜੀ ਆਖ ਕੇ ਹੱਸ ਪਈ ਇਹ ਛੋਟੀ ਜੀ ਕਿੱਡੀ ਸਿਆਣੀ ਹੋ ਗਈ ਹੈ ਮੈਂ ਸੋਚਿਆ ਉਪਰੇ ਪਣ ਵਾਲੀ ਕੋਈ ਗੱਲ ਨਹੀਂ ਇੱਕ ਦੋ ਨਿੱਕੀਆਂ ਨਿੱਕੀਆਂ ਮੋਟੀਆਂ ਇੱਕ ਦੋ ਨਿੱਕੀਆਂ ਮੋਟੀਆਂ ਚੀਜ਼ਾਂ ਦੀ ਘਰ 'ਚ ਥੋੜ ਦੇਖ ਕੇ ਮੈਂ ਸਹਿਜ ਸੁਭਾਈ ਆਖਿਆ ਇਹ ਖਰੀਦ ਕਿਉਂ ਨਹੀਂ ਲੈਂਦੇ ਕਮਲ ਇੱਕ ਵਿਚਾਰਗੀ ਜਿਹੀ ਉਹਦੇ ਨਕਸ਼ਾਂ ਤੇ ਛਾ ਗਈ ਦੋ ਸਾਲਾਂ ਨੂੰ ਖਰੀਦਾਂਗੇ ਥੋੜਾ ਸ਼ਰਮਾਉਂਦਿਆਂ ਬੋਲੀ ਦੋ ਸਾਲਾਂ ਨੂੰ ਕਿਉਂ ਉਦੋਂ ਇਹ ਪੀਸੀਐਸ ਕਰ ਲੈਣਗੇ ਤੇ ਸਾਡੀ ਤਨਖਾਹ ਵੱਧ ਜਾਏਗੀ ਪਹਿਲੀ ਵਾਰ ਮੈਨੂੰ ਅਹਿਸਾਸ ਹੋਇਆ ਸੱਚਮੁੱਚ ਹੀ ਕਿੰਡੀ ਥੋੜੀ ਸਿਰਫ ਪੌਣੇ 200 ਤਾਂ ਉਹਨਾਂ ਦੀ ਤਨਖਾਹ ਸੀ ਸ਼ਾਇਦ ਇਹ ਸੇ ਕਰਕੇ ਸਿਰਫ ਭਾਂਡੇ ਮਾਣਨ ਲਈ ਕੁੜੀ ਰੱਖੀ ਹੋਈ ਸੀ ਬਾਕੀ ਸਾਰਾ ਕੰਮ ਕਮ ਲਾਭ ਕਰਦੀ ਸੀ ਸ਼ਾਇਦ ਐਸੀ ਕਰਕੇ ਉਸ ਦਿਨ ਰਿਕਸ਼ੀਆਂ ਤੇ ਆ ਜਾਣ ਦੀ ਤਾਂ ਉਹਦਾ ਘੰਟਾ ਬੱਸ ਨੂੰ ਦੇਖਦੇ ਰਹੇ ਸਨ ਸ਼ਾਇਦ ਐਸੀ ਕਰਕੇ ਉਹ ਰਾਤ ਨੂੰ ਦੁੱਧ ਵੀ ਨਹੀਂ ਸੀ ਪੀਂਦੇ ਸ਼ਾਇਦ ਐਸੀ ਕਰਕੇ ਹਰਨੇਕ ਦੋਸਤਾਂ ਨੂੰ ਬਾਲੀਵਾਰ ਘਰੋਂ ਲਿਆਉਣਾ ਝਿਜਕਦਾ ਸੀ ਸ਼ਾਇਦ ਐਸੀ ਕਰਕੇ ਸੋਡੇ ਸ਼ਰਬਤ ਵਾਲੀ ਦੁਕਾਨ ਤੇ ਖੜੋ ਕੇ ਵੀ ਠੰਡਾ ਪਾਣੀ ਪੀ ਕੇ ਮੋੜ ਆਉਂਦਾ ਸੀ ਸ਼ਾਇਦ ਐਸੀ ਕਰਕੇ ਉਹ ਆਖਦਾ ਸੀ ਕਮਲ ਇਸ ਮਹੀਨੇ ਤੂੰ ਚਪਲਾ ਲੈ ਲੈ ਤੂੰ ਆਗਤੀ ਸੀ ਨਹੀਂ ਇਸ ਮਹੀਨੇ ਤੁਸੀਂ ਲੈ ਲਓ ਇਸ ਮੈਕਮੇ ਵਾਲੇ ਤਾਂ ਐਸ਼ਾਂ ਕਰਦੇ ਹੁੰਦੇ ਨੇ ਪਰ ਕਿੱਡੇ ਸਬਰ ਵਾਲੇ ਨੇ ਇਹ ਸੋਚਦਿਆਂ ਉਹਨਾਂ ਦੇ ਮੂੰਹਾਂ ਵੱਲ ਮੈਂ ਸਨੇਹ ਨਾਲ ਤੱਕਿਆ ਕਮਲ ਤੇਰੇ ਹੱਥ ਬੜੇ ਸੋਹਣੇ ਨੇ ਇੱਕ ਦਿਨ ਉਹਦੇ ਹੱਥ ਦੀਆਂ ਲਕੀਰਾਂ ਦੇਖਦਿਆਂ ਮੈਂ ਆਖਿਆ ਅਜੇ ਇਹ ਸੋਹਣੇ ਹੱਥਾਂ ਨਾਲ ਜਦੋਂ ਕਮਲ ਕੰਮ ਕਰਦੀਏ ਮੈਨੂੰ ਬੜਾ ਹੀ ਤਰਸ ਆਉਂਦਾ ਹੈ ਹਰਨੇਕ ਬੋਲਿਆ ਤੇ ਜਦੋਂ ਇਹਨਾਂ ਨੇ ਪੀਸੀਐਸ ਕਰ ਲਈ ਅਸੀਂ ਵੱਡਾ ਨੌਕਰ ਰੱਖ ਲਵਾਂਗੇ ਉਹ ਬੋਲੀ ਮੈਂ ਉਹਦੇ ਮੂੰਹal ਤੱਕਦੀ ਰਹੀ ਕਿ ਕਿੱਡਾ ਮਾਨ ਸੀ ਉਹਨੂੰ ਆਪਣੇ ਮਰ ਦਤੇ ਕਿੱਡਾ ਭਰੋਸਾ ਸੀ ਉਹਦੀ ਕਾਬਲੀਅਤ ਤੇ ਤੂੰ ਹਰਨੇਕ ਪੀਸੀਐਸ ਕਰ ਰਹੇਂ ਮੈਂ ਪੁੱਛਿਆ ਹਾਂ ਭੈਣ ਜੀ ਮੈਂ ਸੋਚਿਆ ਔਖਾ ਸੁਖਾ ਕਰੀ ਲਵਾਂ ਵਿਚਾਰੀ ਕਮਲ ਕਾਨੂੰ ਸਾਰੀ ਉਮਰ ਮੇਰੇ ਨਾਲ ਔਖੀ ਹੁੰਦੀ ਰਹੇ ਦੇਖੋ ਭੈਣ ਜੀ ਇਹ ਮੇਰੇ ਲਈ ਕਿੱਡੀ ਵਧੀਆ ਵਧੀਆ ਕਮੀਜ਼ ਲਿਆਏ ਨੇ ਆਖਦੇ ਕਮਲ ਦਾ ਮੂੰਹ ਸੱਚਮੁੱਚ ਹੀ ਕਮਲ ਵਾਂਗ ਖਿੜ ਗਿਆ ਮੇਰੇ ਇੱਕ ਦੋਸਤ ਨੇ ਇਹਦੇ ਨਾਲ ਦਾ ਕਮੀਜ਼ ਖਰੀਦਿਆ ਮੈਨੂੰ ਕਮਲ ਦਾ ਖਿਆਲ ਆ ਗਿਆ ਪਰ ਮਹੀਨੇ ਦਾ ਅਖੀਰ ਹੋਣ ਕਰਕੇ ਅਸੀਂ ਕਮਿਊਨਿਸਟ ਹੋਏ ਹੋਏ ਹਾਂ ਕਮਿਊਨਿਸਟ ਕਿਵੇਂ ਮੈਂ ਵਿਚਿੰਗਾਲਟੋ ਕੇ ਪੁੱਛਿਆ ਮਹੀਨੇ ਦੇ ਪਹਿਲੇ 10 ਦਿਨ ਤੱਕ ਅਸੀਂ ਕੈਪੀਟਲਿਸਟ ਭਾਵ ਪੂੰਜੀਵਾਦੀ ਹੁੰਨੇ ਹਾਂ ਤੇ ਅਸੀਂ ਆਖਦੇ ਹਾਂ ਕਿ ਇਹ ਰਿਕਸ਼ਾ ਇੱਧਰ ਆਓ ਤੇ ਮਹੀਨੇ ਦੇ ਅਗਲੇ 10 ਦਿਨ ਅਸੀਂ ਸੋਸ਼ਲਿਸਟ ਭਾਵ ਸਮਾਜਵਾਦੀ ਹੁੰਨੇ ਆਖਦੇ ਹਾਂ ਕਿ ਉਹ ਵੀ ਰਿਕਸ਼ਾ ਕਿੰਨੇ ਪੈਸੇ ਲਏਗਾ ਤੇ ਮਹੀਨੇ ਦੇ ਅਖੀਰਲੇ 10 ਦਿਨਾਂ ਚ ਅਸੀਂ ਕਮਿਨਿਸਟ ਭਾਵ ਸਮਵਾਦੀ ਹੁੰਨੇ ਆਂ ਆਖਦੇ ਆਂ ਤੇਰੀ ਮਰਜ਼ੀ ਐ ਵੀ ਚੱਲਣਾ ਐ ਚੱਲ ਅਸੀਂ ਤਾਂ ਚਵਾਨੀ ਤੋਂ ਵੱਧ ਨਹੀਂ ਦੇਣਾ ਨਹੀਂ ਤਾਂ ਅਸੀਂ ਪੈਦਲ ਚਲੇ ਜਾਵਾਂਗੇ ਫਿਰ ਕੀ ਹੋਇਆ ਮੈਂ ਪੁੱਛਿਆ ਫਿਰ ਕਿਸੇ ਤੋਂ 15 ਰੁਪਏ ਉਧਾਰੇ ਲੈ ਕੇ ਮੈਂ ਕਮੀਜ਼ ਲਿਆਂਦਾ ਆਏ ਨਾਲ ਕੰਮ ਲੜਨ ਲੱਗ ਪਈ ਉਸ ਕਹਿਤੀ ਲੈਜੇਜ ਬੋਲਿਆ ਦੇਖੋ ਭੈਣ ਜੀ ਜਦੋਂ ਇਹ ਮੇਰੇ ਵਾਸਤੇ ਲਿਆਈ ਜਾਂਦੇ ਨੇ ਤਾਂ ਮੈਨੂੰ ਸੰਗ ਲੱਗਣ ਲੱਗ ਜਾਂਦੀ ਏ ਮੈਂ ਤਾਂ ਇਹੀ ਆਖਿਆ ਸੀ ਕਿ ਕਮੀਜ਼ ਦੀ ਤਾਂ ਆਪਣੇ ਬੂਟ ਲੈ ਆਉਂਦੇ ਹਰ ਰੋਜ਼ ਪੁਰਾਣੇ ਜਿਹੀ ਪਾ ਕੇ ਦਫ਼ਤਰ ਨੂੰ ਤੁਰ ਜਾਂਦੇ ਕਮਲ ਨੇ ਸਫਾਈ ਪੇਸ਼ ਕੀਤੀ ਅਸਲ 'ਚ ਭੈਣ ਜੀ ਗਵਰਨਮੈਂਟ ਨੂੰ ਇਹ ਹੋਣਾ ਚਾਹੀਦਾ ਹੈ ਕਿ ਪਹਿਲੇ ਬਹੁਤੀ ਸਾਰੀ ਤਨਖਾਹ ਕਰ ਦੇਵੇ ਤੇ ਫਿਰ ਹੌਲੀ-ਹੌਲੀ ਘਟਾਉਂਦੇ ਜਾਵੇ ਹਰਨੇਕ ਬੋਲਿਆ ਕਿਉਂ ਮੈਂ ਪੁੱਛਿਆ ਪੈਸੇ ਤਾਂ ਹੁਣੇ ਹੀ ਚਾਹੀਦੇ ਨੇ ਬੁੱਢੀ ਹੋ ਕੇ ਤਾਂ ਕਮਲ ਨੂੰ ਦੋਸਤ ਫੈਡ ਸੂਟ ਨਹੀਂ ਮੁੱਕਿਆ ਕਰਨੇ ਪਰ ਉਦੋਂ ਤੁਹਾਡੇ ਹਰ ਕਮਲ ਵਗੈਰਾ ਵਗੈਰਾ ਵੀ ਤਾਂ ਹੋਣਗੇ ਮੈਂ ਆਖਿਆ ਇਹ ਸੁਣਦਿਆਂ ਹੀ ਫਿਰ ਇੱਕ ਸੁੰਦਰ ਸੁਪਨਾ ਉਹਨਾਂ ਦੀ ਅੱਖਾਂ ਅੱਗੇ ਆਵਾ ਮੂੰਹ ਸੁਹੇ ਕਰ ਗਿਆ ਤੇ ਉਹ ਦੋਨੋਂ ਇੱਕ ਦੂਜੇ ਵੱਲ ਤੱਕ ਕੇ ਹੱਸ ਪਏ ਸੱਜ ਭੈਣ ਜੀ ਮੈਂ ਤੁਹਾਡੇ ਕੋਲ ਕਮਲ ਦੀ ਸ਼ਿਕਾਇਤ ਲਾਉਣੀ ਹੈ ਇਹ ਬੜੀ ਬੇਕੂਫ ਹੈ ਹਰਨੇਕ ਬੋਲਿਆ ਕਿਉਂ ਮੈਂ ਪੁੱਛਿਆ ਥੋੜੇ ਦਿਨ ਹੋਏ ਕਿਸੇ ਦਾ ਮੋਟਰਸਾਈਕਲ ਮੰਗ ਕੇ ਅਸੀਂ ਪਿੰਡ ਗਏ ਵਾਪਸ ਮੁੜਦਿਆਂ ਨੇਰਾ ਹੋ ਗਿਆ ਮੈਂ ਕਮਲ ਨੂੰ ਆਖਿਆ ਰਾਹ ਖਰਾਬ ਹੈ ਰੱਬ ਨਾ ਕਰੇ ਜੇ ਕੋਈ ਮਾੜਾ ਬੰਦਾ ਟੱਕਰ ਪਿਆ ਇਸ ਕਰਕੇ ਤੂੰ ਵਾਸਤੇ ਚਲੀ ਜਾ ਮੈਂ ਆਪੇ ਆ ਜਾਵਾਂਗਾ ਮੰਨੀ ਨਾ ਜ਼ਿੱਦ ਕਰਕੇ ਬੈਠ ਗਈ ਕਿ ਮੈਂ ਤਾਂ ਤੁਹਾਡੇ ਨਾਲ ਹੀ ਜਾਵਾਂਗੀ ਦੂਸਰਾ ਮੋਟਰਸਾਈਕਲ ਦੀ ਲਾਈਟ ਵੀ ਖਰਾਬ ਹੋ ਗਈ ਸੀ ਜੇ ਭਲਾ ਕਿਦਰੇ ਐਕਸੀਡੈਂਟ ਹੋ ਜਾਂਦਾ ਹਰਨੇਕ ਬੋਲਿਆ ਦੇਖੋ ਭੈਣ ਜੀ ਮੈਂ ਸੋਚਿਆ ਜੇ ਇਹਨਾਂ ਨੂੰ ਕੱਲਿਆਂ ਨੂੰ ਕੋਈ ਮਾੜਾ ਬੰਦਾ ਟੱਕਰ ਪਿਆ ਕੀ ਕਰਨਗੇ ਮੇਰੇ ਕੁਝ ਗਹਿਣੇ ਪਾਏ ਹੋਏ ਸੀ ਸੋਚਿਆ ਜੇ ਇਹਨਾਂ ਨੂੰ ਕੁਝ ਆਖਣ ਲੱਗਿਆ ਤੇ ਗਹਿਣੇ ਲਾ ਕੇ ਦੇ ਦੇਵਾਂਗੀ ਤੇ ਆਖਾਂਗੇ ਇਹਨਾਂ ਨੂੰ ਕੁਝ ਨਾਖ ਨਾਲੇ ਮੈਂ ਸੋਚਿਆ ਰਾਹ ਖਰਾਬ ਏ ਮੋਟਰਸਾਈਕਲ ਦੀ ਲਾਈਟ ਨਹੀਂ ਜੇ ਇਹਨਾਂ ਦੇ ਸੱਟ ਫੇਟ ਲੱਗੀ ਤੇ ਮੈਂ ਕੀ ਕਰਾਂਗੀ ਇਹ ਤਾਂ ਚੰਗਾ ਨਾਲ ਹੀ ਰਾਂ ਜਿਹੜਾ ਕੁਝ ਹੋਵੇ ਦੋਨਾਂ ਨੂੰ ਤਾਂ ਹੋਵੇ ਕਿਉਂ ਜੀ ਗੁਰੂ ਮਹਾਰਾਜ ਅੱਗੇ ਬੈਠ ਕੇ ਤੁਸੀਂ ਇਕੱਲੇ ਹੀ ਥੋੜਾ ਪ੍ਰਣ ਕੀਤਾ ਸੀ ਕਿ ਹਰ ਔਕਸੋਖ ਵੇਲੇ ਨਾਲ ਰਹੋਗੇ ਮੈਂ ਵੀ ਤਾਂ ਕੀਤਾ ਸੀ ਆਖਦੇ ਅੰਕਮਲ ਹੱਸ ਪਈ ਉਹਨਾਂ ਦੇ ਮੂੰਹ ਵੱਲ ਤੱਕਦੀ ਮੈਂ ਸੋਚਦੀ ਰਹੀ ਕਿ ਜ਼ਰੂਰ ਹੈ ਜਨਮਾਂ ਜਨਮਾਂ ਤਰਾਂ ਦੀਆਂ ਸਾਂਝਾਂ ਨਹੀਂ ਤਾਂ ਉਪਰੀ ਅਣਜਾਨ ਬੰਦੇ 1-2 ਸਾਲਾਂ ਦੀਆਂ ਸਾਂਝਾਂ ਦੇ ਸਹਾਰੇ ਕਦੋਂ ਕਿਸੇ ਲਈ یوں ਸੋਚਦੇ ਨੇ ਕਦੋਂ ਕਿਸੇ ਲਈ یوں ਮਹਿਸੂਸ ਕਰਦੇ ਨੇ ਕਈ ਦਿਨ ਉਹ ਨਾਲ ਗੁਲ ਰਹੇ ਅਗਲੇ ਦਿਨ ਮੈਂ ਆ ਜਾਣਾ ਸੀ ਚੁੱਕੀ ਰਾਤ ਤੱਕ ਅਸੀਂ ਗੱਲਾਂ ਕਰਦੇ ਰਹੇ ਪਰ ਕਮਲ ਬੜੀ ਛੇਤੀ ਸੌਂ ਗਈ ਹਰਨੇਕ ਨੇ ਇੱਕ ਦੋ ਵਾਰੀ ਉਹਨੂੰ ਛੇੜਿਆ ਪਰ ਉਹ ਇੱਕ ਦੋ ਗੱਲਾਂ ਕਰਕੇ ਫੇਰ ਸੌ ਜਾਂਦੀ ਦੇਖੋ ਭੈਣ ਜੀ ਕਿੱਡੀ ਬੇਫਿਕਰੀ ਨਾਲ ਸੌਂ ਜਾਂਦੀ ਹੈ ਹਰਨੇਕ ਬੋਲਿਆ ਮੈਂ ਸੋਚਿਆ ਅਜੀਆਂ ਮਜ਼ਬੂਤ ਬਾਹਾਂ ਦੀ ਸੁੱਖਾਂ ਵਿੱਚ ਛਾਵੇਂ یوں ਬੇਫਿਕਰ ਸੌ ਜਾਣਾ ਬੜੀ ਕੁਦਰ ਬੜਾ ਹੀ ਕੁਦਰਤੀ ਹੈ ਕਿਉਂ ਕਿਉਂ ਦਾ ਮਨ ਜਾਣਦਾ ਹੈ ਕਿ ਉਹਦਾ ਦਿਲ ਜਾਣਦਾ ਹੈ ਕਿ ਉਹਦੇ ਵੱਲ ਆਉਂਦੀ ਤਤੀ ਹਵਾ ਦੇ ਵੀ ਮੂਹਰੇ ਖਲੋ ਕੇ ਉਹਨੂੰ ਬਚਾ ਲਏਗਾ। ਚੁੱਕੀ ਰਾਤ ਗਏ ਅਸੀਂ ਸੁੱਤੇ ਸਾਂ ਪਰ ਹਰੇਕ ਨੂੰ ਸਵੇਰੇ ਉੱਠਿਆ ਤੱਕ ਮੈਂ ਪੁੱਛਿਆ ਕਿਉਂ ਸਵੇਰੇ ਜਾਗਦੇ ਆਂ। ਰਾਤੀ ਦੇਰ ਨਾਲ ਸੁੱਤੇ ਸਾਂ ਮੈਨੂੰ ਖਿਆਲ ਲਿਆ ਕਿ ਜੇ ਸਵੇਰੇ ਜਾਗਣਾ ਹੀ ਸੋ ਵੀ ਵਿਚਾਰੀ ਕਮਲ ਨੂੰ ਹੀ ਪਖਾਉਣਾ ਪਏਗਾ। ਇਸ ਕਰਕੇ ਆਪੇ ਜਾਗ ਆ ਗਏ। ਉਹ ਬੋਲਿਆ ਕਿ ਸੱਚਮੁੱਚ ਹੀ ਇਹਨੂੰ ਕਮਲ ਦਾ ਇੰਨਾ ਖਿਆਲ ਹੈ। ਮੇਰੇ ਮਨ 'ਚ ਸਵਾਲ ਉੱਠਿਆ। ਮੈਂ ਧਿਆਨ ਨਾਲ ਉਹਦੇ ਵੱਲ ਤੱਕਿਆ ਉਹਨੇ ਨਜ਼ਰਾਂ ਚੁਕਾ ਲਈਆਂ ਸ਼ਾਇਦ ਉਹਨੂੰ ਪਤਾ ਲੱਗ ਗਿਆ ਸੀ ਕਿ ਮੈਂ ਅੱਖਾਂ ਚੋਂ ਕੁਝ ਲੱਭਣ ਦੀ ਕੋਸ਼ਿਸ਼ ਕਰਨੀ ਆ ਹਰਨੇਕ ਹਾਂ ਭੈਣ ਜੀ ਤੈਨੂੰ ਬਹੁਤ ਸੰਜੀਦਾ ਸੰਜੀਦਾ ਗਜ਼ਲਾਂ ਚੰਗੀਆਂ ਲੱਗਦੀਆਂ ਨੇ ਹਾਂ ਜੀ ਹਰਨੇਕ ਹਾਂ ਭੈਣ ਜੀ ਕਮਲ ਤੋਂ ਪਹਿਲਾਂ ਕੋਈ ਕੁੜੀ ਤੇਰੀ ਜ਼ਿੰਦਗੀ ਚਾਈ ਸੀ ਅਜੇ ਮੌਕੇ ਤਾਂ ਹਰ ਬੰਦੇ ਦੀ ਜ਼ਿੰਦਗੀ ਚ ਆਉਂਦੇ ਰਹਿੰਦੇ ਨੇ ਪਰ ਮੈਂ ਕਦੇ ਬਹੁਤਾ ਧਿਆਨ ਨਹੀਂ ਸੀ ਦਿੱਤਾ ਅੱਖਾਂ ਨੂੰ ਤਾਂ ਉਹਨੇ ਆਖ ਦਿੱਤਾ ਪਰ ਮੈਂ ਦੇਖਿਆ ਜਜ਼ਬਿਆਂ ਦੀ ਤਪਸ਼ ਨਾਲ ਉਹਦਾ ਮੂੰਹ ਪੰਘਰਿਆ ਪਿਆ ਸੀ ਦਿਨ ਚ ਜਦੋਂ ਵੀ ਮੈਂ ਉਹਦੇ ਵੱਲ ਤੱਕਦੀ ਹੋਰ ਪਾਸੇ ਤੱਕਣ ਲੱਗ ਜਾਂਦਾ ਜਿਵੇਂ ਉਹ ਡਰਦਾ ਹੋਵੇ ਕਿ ਉਹਦੀਆਂ ਨਜ਼ਰਾਂ ਮੈਂ ਕੁਝ ਚ ਮੈਂ ਕੁਝ ਪੜ ਲਵਾਂਗੀ ਜ਼ਿੰਦਗੀ ਨੂੰ ਯਥਾਰਥਕ ਬਣਾਉਣ ਲਈ ਥੋੜੀ ਸੰਜੀਦਗੀ ਥੋੜੀ ਤੜਪ ਤਾਂ ਚਾਹੀਦੀ ਹੁੰਦੀ ਹੈ ਮੈਂ ਉਹਨੂੰ ਸੌਖਿਆਂ ਕਰਨ ਲਈ ਆਖਿਆ ਕਮਲ ਬਹੁਤ ਅੱਛੀ ਲੜਕੀ ਹੈ ਭੈਣ ਜੀ ਉਹਨੇ ਸੰਤੁਸ਼ਟ ਮੂੰਹ ਨਾਲ ਆਖਿਆ ਪਹਿਲੀ ਵਾਰੀ ਮੈਨੂੰ ਖਿਆਲ ਆਇਆ ਬੱਚਿਆਂ ਵਾਂਗ ਸ਼ਰਾਰਤਾਂ ਕਰਨ ਵਾਲਾ ਇਹ ਮੁੰਡਾ ਕਿੰਨਾ ਸਿਆਣਾ ਹੈ ਸਾਰਾ ਸਾਰਾ ਦਿਨ ਗੱਪਾਂ ਮਾਰਦੇ ਆਂ ਤੇ ਖੱਪਾਂ ਪਾਉਂਦੇ ਆਂ ਪਤਾ ਹੀ ਨਾ ਲੱਗਿਆ ਕਦੋਂ ਚੁੱਕੇ ਦਿਨ ਲੰਘ ਗਏ ਤੇ ਮੈਂ ਜਾਣ ਦੇ ਖਿਆਲ ਨਾਲ ਚੀਜ਼ਾਂ ਸੰਭਾਲਣ ਲੱਗੀ ਭੈਣ ਜੀ ਮੇਰੇ ਵੱਲ ਤੱਕ ਕੇ ਹਰਨੇਕ ਨੇ ਆਖਿਆ ਮੈਂ ਉਹਦੇ ਮੂੰਹ ਤੋਂ ਹੀ ਪੜ ਲਿਆ ਕਿ ਉਹ ਕੀ ਆਖਣ ਵਾਲਾ ਹੈ ਹਰਨੇਕ ਅੱਜ ਨਾ ਆਖੀਂ ਕਿ ਨਾ ਜਾਵਾਂ ਜੇ ਆਖਦੇ ਆਂ ਫਿਰ ਰਹਿ ਪੋਗੇ ਹਾਂ ਰਹਿ ਪਾਵਾਂਗੇ ਪਰ ਤੂੰ ਆਖੇ ਨਾ ਮੈਨੂੰ ਆਇਆ ਬੜੇ ਦਿਨ ਹੋ ਗਏ ਨੇ ਬੀਜੀ ਨਰਾਜ਼ ਹੋਣਗੇ ਉਹ ਦੋਨੋਂ ਬਸ ਚੜਾਉਣ ਆਏ। ਉਹ ਬਈ ਨਰਾਜ਼ ਨਾ ਹੋ ਜਾਣਾ। ਮੈਂ ਆਉਣ ਵੇਲੇ ਤੁਹਾਡੇ ਹਰ ਕਮਲ ਨੂੰ ਪਿਆਰ ਦੇਣਾ ਤਾਂ ਭੁੱਲੀ ਗਈ। ਮੈਂ ਸ਼ਰਾਰਤ ਨਾ ਲਾਖਿਆ। ਉਹ ਇੱਕ ਦੂਜੇ ਵੱਲ ਦੇਖ ਕੇ ਥੋੜਾ ਸ਼ਰਮਾਉਂਦੀਆਂ ਹੱਸ ਪਈ। ਬਸ ਤੁਰ ਪਈ। ਉਹਨਾਂ ਦੇ ਮੁਸਕਰਾਉਂਦੇ ਮੂੰਹ ਪਿੱਛੇ ਰਹਿ ਗਏ। ਮੈਨੂੰ ਏਉਂ ਲੱਗਿਆ ਜਿਵੇਂ ਹੁਣੇ-ਹੁਣੇ ਮੈਂ ਕਿਸੇ ਮਿੱਠੇ ਸੁਪਨੇ ਤੋਂ ਜਾਗੀ ਹੋਵਾਂ। ਧੰਨਵਾਦ।